ਕੀ ਕਦੇ ਤੁਸੀਂ ਕਿਸੇ ਮਰੀਜ਼ ਕੋਲੋਂ ਆਪਰੇਸ਼ਨ ਕਰਵਾਉਂਦੇ ਸਮੇਂ ਆਪਰੇਸ਼ਨ ਥੀਏਟਰ ਦੇ ਅੰਦਰ ਗਾਣੇ ਗਾਉਣ ਬਾਰੇ ਸੁਣਿਆ? ਡਾਕਟਰ ਕੋਲ ਜਾਣ ਤੋਂ ਲੋਕ ਕਤਰਾਉਂਦੇ ਨੇ ਅਤੇ ਆਪਰੇਸ਼ਨ ਦੇ ਨਾਮ 'ਤੇ ਤਾਂ ਕਹਿੰਦੇ ਕਹਾਉਂਦਿਆਂ ਦੇ ਪਸੀਨੇ ਨਿਕਲ ਜਾਂਦੇ ਨੇ। ਪਰ ਅੱਜ ਤੁਹਾਨੂੰ ਅਸੀਂ ਅਜਿਹੇ ਛੋਟੇ ਬੱਚੇ ਦੀ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਆਪਰੇਸ਼ਨ ਤਾਂ ਕਰਵਾ ਰਿਹਾ, ਨਾਲ ਨਾਲ ਡਾਕਟਰਾਂ ਨੂੰ ਆਪਣੀ ਭਾਸ਼ਾ ਵਿੱਚ ਗੀਤ ਵੀ ਸੁਣਾ ਰਿਹਾ। ਜ਼ਰਾ ਆਪਰੇਸ਼ਨ ਥੀਏਟਰ ਅੰਦਰ ਚੱਲਦੇ ਇਸ ਛੋਟੇ ਬੱਚੇ ਦੇ ਮਸਤ ਗਾਣੇ ਤੁਸੀਂ ਵੀ ਸੁਣ ਲਓ। ਦੱਸ ਦਈਏ ਕਿ ਇਹ ਵੀਡੀਓ ਪੱਛਮੀ ਬੰਗਾਲ ਦੇ ਪਾਇਕ ਪਾੜਾ ਦੀ ਹੈ, ਜਿੱਥੇ ਬੱਚਾ ਇੱਕ ਅਜਿਹੀ ਬਿਮਾਰੀ ਨਾਲ ਜੂਝ ਰਿਹਾ ਸੀ ਜਿਸ ਦਾ ਹੱਲ ਸਿਰਫ ਆਪਰੇਸ਼ਨ ਹੀ ਸੀ। ਮਾਂ ਬਾਪ ਨੇ ਆਪਰੇਸ਼ਨ ਦਾ ਡਰ ਡਾਕਟਰ ਨਾਲ ਸਾਂਝਾ ਕੀਤਾ, ਪਰ ਡਾਕਟਰ ਨੇ ਅੰਦਰ ਜਾ ਕੇ ਬੱਚੇ ਨੂੰ ਗਾਣਾ ਗਾਉਣ ਲਈ ਕਹਿ ਕੇ ਕਿਸੇ ਹੋਰ ਆਰੀ ਲਾ ਲਿਆ।
ਫਿਲਹਾਲ ਬੱਚਾ ਆਪਣੇ ਘਰ ਹੈ ਅਤੇ ਆਪਰੇਸ਼ਨ ਤੋਂ 6 ਦਿਨ ਬਾਅਦ ਬੱਚਾ ਹੌਲੀ ਹੌਲੀ ਰਿਕਵਰ ਵੀ ਕਰ ਰਿਹਾ ਹੈ। ਇਸ ਵੀਡੀਓ ਉੱਤੇ ਲੋਕਾਂ ਵੱਲੋਂ ਕਾਫੀ ਕਮੈਂਟ ਵੀ ਕੀਤੇ ਜਾ ਰਹੇ ਨੇ। ਬਿਊਰੋ ਰਿਪੋਰਟ, ਸਪੋਕਸਮੈਨ TV।